ਤੁਸੀਂ ਦੇਖ ਰਹੇ ਹੋ ਸਹਿਜ ਨਿਊਜ਼ ਚੈਨਲ। ਨਵੀਆਂ ਅਤੇ ਤਾਜ਼ਾ ਖਬਰਾਂ ਲਈ ਸਬਸਕ੍ਰਾਈਬ ਕਰੋ, ਲਾਈਵ ਕਵਰੇਜ ਲਈ ਸੰਪਰਕ ਕਰੋ। ਭਾਰਤੀ ਇਨਕਲਾਬੀ ਮਾਰਕਸਵਾਦੀ ਵੱਲੋਂ ਤਹਿਸੀਲ ਕਮੇਟੀ ਫਲੋਰ ਦੀ ਅਗਵਾਈ ਹੇਠ ਪੁਲਿਸ ਚੌਂਕੀ ਰੁੜਕਾ ਕਲਾਂ ਜੋ ਕਿ ਕਾਨਾ ਢੇਸੀਆਂ ਵਿਖੇ ਮੌਜੂਦ ਹੈ, ਅੱਗੇ ਪੁਲਿਸ ਚੌਂਕੀ ਇੰਚਾਰਜ ASI ਗੁਰਸ਼ਾਨ ਸਿੰਘ ਦੇ ਖਿਲਾਫ਼ ਰੋਸ ਧਰਨਾ ਦਿੱਤਾ ਗਿਆ। ਇਸ ਤੋਂ ਪਹਿਲਾਂ ਧਰਨਾਕਾਰੀ ਢੇਸੀਆਂ ਕਾਨਾ ਬੱਸ ਸਟੈਂਡ ਇਕੱਠੇ ਹੋਏ, ਜਿੱਥੇ ਰੋਹ ਭਰਪੂਰ ਨਾਅਰੇਬਾਜ਼ੀ ਕਰਦੇ ਹੋਏ ਪੁਲਿਸ ਚੌਂਕੀ ਅੱਗੇ ਧਰਨਾ ਦੇ ਕੇ ਪੁਲਿਸ ਪ੍ਰਸ਼ਾਸਨ ਖਿਲਾਫ਼ ਜੰਮ ਕੇ ਰੋਸ ਪ੍ਰਦਰਸ਼ਨ ਕੀਤਾ। ਇਸ ਧਰਨੇ ਨੂੰ ਸੰਬੋਧਨ ਕਰਦਿਆਂ RMPI ਦੇ ਵੱਖ ਵੱਖ ਆਗੂਆਂ ਨੇ ਕਿਹਾ ਕਿ ਪੁਲਿਸ ਚੌਂਕੀ ਅਧੀਨ ਆਉਂਦੇ ਪਿੰਡਾਂ ਅੰਦਰ ਨਸ਼ਾ ਤਸਕਰੀ, ਲੁੱਟਖੋ ਅਤੇ ਚੋਰੀ ਦੀਆਂ ਵਾਰਦਾਤਾਂ ਵਿੱਚ ਦਿਨ ਬ ਦਿਨ ਵਾਧਾ ਹੁੰਦਾ ਜਾ ਰਿਹਾ ਹੈ। ਇਲਾਕੇ ਦੇ ਲੋਕ ਇਸ ਦੀ ਸ਼ਿਕਾਇਤ ਉੱਚ ਅਧਿਕਾਰੀਆਂ ਕੋਲ ਕਰ ਚੁੱਕੇ ਹਨ, ਪਰ ਚੌਂਕੀ ਇੰਚਾਰਜ ਉੱਚ ਅਧਿਕਾਰੀਆਂ ਨੂੰ ਵੀ ਟਿੱਚ ਸਮਝਦਾ ਰਿਹਾ। ਘਰੇਲੂ ਜਾਂ ਪਿੰਡਾਂ ਦੇ ਝਗੜਿਆਂ ਨੂੰ ਨਿਪਟਾਉਣ ਦੀ ਜਗ੍ਹਾ ਲਟਕਾ ਕੇ ਪਿੰਡਾਂ 'ਚ ਧੜੇਬਾਜ਼ੀ ਖੜੀ ਕਰਦਾ ਰਿਹਾ ਹੈ। ਉਹਨਾਂ ਨੇ ਕਿਹਾ ਕਿ ਇਸ ਦੌਰਾਨ ਰਿਸ਼ਵਤਖੋਰੀ ਦੇ ਮਸਲੇ ਵੀ ਕਾਫ਼ੀ ਸਾਹਮਣੇ ਆ ਰਹੇ ਹਨ, ਜਿਸ ਤੋਂ 27 ਲੋਕਾਂ ਨੇ ਅੱਜ ਪੁਲਿਸ ਚੌਂਕੀ ਰੁੜਕਾ ਕਲਾਂ ਅੱਗੇ ਚੌਂਕੀ ਇੰਚਾਰਜ ਖਿਲਾਫ਼ ਧਰਨਾ ਦਿੱਤਾ। ਇਹਨਾਂ ਸਮੱਸਿਆਵਾਂ ਤੋਂ ਦੁਖੀ ਲੋਕਾਂ ਦੇ ਰੋਹ ਨੂੰ ਦੇਖਦੇ ਹੋਏ SHO ਗੁਰਾਇਆ ਕੇਵਲ ਸਿੰਘ ਮੌਕੇ ਤੇ ਪੁੱਜੇ ਅਤੇ ਲੋਕਾਂ ਦੀਆਂ ਸ਼ਿਕਾਇਤਾਂ ਸੁਣੀਆਂ। ਇਸ ਮੌਕੇ SHO ਗੁਰਾਇਆ ਕੇਵਲ ਸਿੰਘ ਨੇ ਲੰਬੇ ਸਮੇਂ ਤੋਂ ਲਟਕਦੇ ਮਸਲਿਆਂ ਨੂੰ 2-3 ਦਿਨਾਂ 'ਚ ਹੱਲ ਕਰਨ ਦਾ ਭਰੋਸਾ ਦਿੱਤਾ ਅਤੇ ਕਿਹਾ ਕਿ ਉੱਚ ਅਧਿਕਾਰੀਆਂ ਵੱਲੋਂ ASI ਗੁਰਸ਼ਾਨ ਸਿੰਘ ਨੂੰ ਲਾਈਨ ਹਾਜ਼ਰ ਕਰ ਦਿੱਤਾ ਗਿਆ ਹੈ, ਜਿਸ ਤੋਂ ਬਾਅਦ ਧਰਨਾਕਾਰੀਆਂ ਨੇ ਆਪਣਾ ਧਰਨਾ ਸਮਾਪਤ ਕੀਤਾ। ਇਸ ਮੌਕੇ ਜ਼ਿਲ੍ਹਾ ਸਕੱਤਰ ਜਸਵਿੰਦਰ ਸਿੰਘ ਢੇਸੀ, ਤਹਿਸੀਲ ਸਕੱਤਰ ਸੰਤੋਖ ਸਿੰਘ ਬਿਲਗਾ, ਸੂਬਾਈ ਆਗੂ ਸ਼ਿਵ ਕੁਮਾਰ ਤਿਵਾੜੀ, ਪਰਮਜੀਤ ਰੰਧਾਵਾ, ਕੁਲਦੀਪ ਫਲੋਰ, ਸ਼ਿੰਗਾਰਾ ਸਿੰਘ ਦੁਸਾਂਝ, ਮੇਜਰ ਫਲੋਰ ਮਨਜਿੰਦਰ ਢੇਸੀ, ਸਰਪੰਚ ਮਨੋਜ ਕੁਮਾਰ, ਸਰਪੰਚ ਰਜਿੰਦਰ ਕੁਮਾਰ, ਮਨਜੀਤ ਸੂਰਜਾ, ਮੱਖਣ ਸੰਗਰਾਮੀ ਗੁਰਦੀਪ ਗੋਗੀ, ਸ਼ਿੰਦਰਪਾਲ, ਬਲਵੀਰ ਗੋਗੀ, ਸਰਬਜੀਤ ਗੋਗਾ, ਰਾਜਵੀਰ ਸਿੰਘ, ਅਮਰੀਕ ਸਿੰਘ, ਗੁਰਨਿੰਦਰ ਪ੍ਰੀਤ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕੇ ਦੇ ਲੋਕ ਪਾਰਟੀ ਨੇ ਚੌਕੀ ਚਾਰ ਰੁੜਕਾ ਕਲਾਂ ਦੇ ਖਿਲਾਫ ਧਰਨਾ ਦਿੱਤਾ ਸੀ। ਉਹਨਾਂ ਦੀਆਂ ਕਾਫੀ ਮੰਗਾਂ ਸੀ, ਜਿਹਨਾਂ ਕਿ ਦਰਖਾਸਤਾਂ ਸੀਗੀਆਂ, 1-2 ਕੇਸ ਸੀਗੇ, 1-2 ਚੋਰੀਆਂ ਹੋਈਆਂ ਸੀਗੀਆਂ, ਉਹਦੇ ਸੰਬੰਧ ਵਿੱਚ ਦਿੱਤਾ ਸੀ। ਜਦੋਂ ਉਹਨਾਂ ਦੇ ਕਹਿਣ ਮੁਤਾਬਕ ਜਦੋਂ ਆਉਂਦੇ ਸੀ ਉਹਨਾਂ ਨੂੰ ਕੋਈ ਸਹੀ ਗੱਲਬਾਤ ਨਹੀਂ ਸੀ ਕਰਦੇ ਉਹਨਾਂ ਨਾਲ, ਉਸ ਸੰਬੰਧ 'ਚ ਉਹਨਾਂ ਨੇ ਧਰਨਾ ਦਿੱਤਾ ਸੀ। ਮੈਂ ਚੌਕੀ ਪੁੱਜ ਕੇ ਉਹਨਾਂ ਨੂੰ ਵਿਸ਼ਵਾਸ ਦਵਾਇਆ ਵੀ ਕਦੀ ਵੀ ਤੁਹਾਨੂੰ ਲੋੜ ਪੈਂਦੀ ਆ, ਰਾਤ ਨੂੰ ਦਿਨੇ ਮੈਨੂੰ ਦੱਸੋ। ਥਾਣੇ ਜਿਹੜੀ ਉਹਨਾਂ ਦੀ ਕੁਦਰਤੀ ਚੌਕੀ ਇੰਚਾਰਜ ਦੀ ਬਦਲੀ ਪੁਲਿਸ ਲਾਈਨ ਦੀ ਕੀਤੀ ਗਈ। ਜਿੰਨੀ ਦੇਰ ਕੋਈ ਰੈਗੂਲਰ ਚੌਕੀ ਇੰਚਾਰਜ ਨਹੀਂ ਲੱਗਦਾ, ਉਨੀ ਦੇਰ ਉਹਨਾਂ ਨੂੰ ਵਿਸ਼ਵਾਸ ਦਵਾਇਆ ਵੀ ਜਿੰਨੀ ਵੀ ਤੁਹਾਡੀ ਕੋਈ ਦਰਖਾਸਤ ਆ, ਕੇਸ ਆ, ਮੈਨੂੰ ਦੱਸੋ, ਮੈਂ ਅੱਜ ਜਿਹੜਾ ਇੱਥੇ ਰੋਟਕਾ ਕਲਾਂ ਚੌਂਕੀ ਜੋ ਕਿ ਢੇਸੀਆਂ ਕੰਨਾਂ ਵਿੱਚ ਹੈ, ਅੱਜ ਧਰਨਾ ਲਾਇਆ ਗਿਆ। ਧਰਨਾ ਜਿਹੜੇ ਇੱਥੇ ਦੇ ਇੰਚਾਰਜ ਆ ਗੁਰਸ਼ਨ ਸਿੰਘ, ਉਹ ਪਿਛਲੇ ਲੰਮੇ ਸਮੇਂ ਤੋਂ ਲੋਕਾਂ ਦੇ ਨਾਲ ਇਨਸਾਫ ਨਹੀਂ ਕਰ ਰਿਹਾ ਸੀ। ਲਗਾਤਾਰ ਲੁੱਟਾਂ ਖੋਹਾਂ, ਚੋਰੀਆਂ, ਨਸ਼ਿਆਂ ਦਾ ਜਿਹੜਾ ਵਪਾਰ ਆ, ਜਿਹੜੇ ਤਸਕਰਾਂ ਦੇ ਨਾਲ ਇਹਦੀ ਮਿਲੀ ਭੁੱਖ ਸੀਗੀ ਅਤੇ ਉਹਨਾਂ ਦੇ ਬੜੇ ਹੌਂਸਲੇ ਜਿਹੜੇ ਬੁਲੰਦ ਹੋ ਰਿਹਾ ਸੀ, ਤਾਂ ਆਮ ਲੋਕਾਂ ਦਾ ਜੀਣਾ ਜਿਹੜਾ ਬੜਾ ਦੁੱਬ ਹੋ ਰਿਹਾ ਸੀ। ਵਾਰ ਵਾਰ ਇਹਨਾਂ ਨੂੰ ਮਿਲਣ 'ਤੇ ਵੀ, ਉੱਪਰਲੇ ਉੱਚ ਅਧਿਕਾਰੀਆਂ ਨੂੰ ਮਿਲਣ 'ਤੇ ਵੀ ਜਿਹੜੀ ਟਸ ਤੋਂ ਮਸ ਨਹੀਂ ਹੋ ਰਹੀ ਸੀ। ਇਸ ਕਰਕੇ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਵੱਲੋਂ ਇੱਥੇ ਜਿਹੜਾ ਧਰਨਾ ਅੱਜ ਲਾਇਆ ਗਿਆ ਆ, ਇਹ ਧਰਨੇ ਦੇ ਅੰਦਰ SHO ਕੇਵਲ ਸਿੰਘ ਆ ਕੇ ਉਹਨਾਂ ਨੇ ਮੰਨ ਲਓ ਜਿਹੜੀਆਂ ਸਾਡੀਆਂ ਚੋਰੀ ਦੀਆਂ ਵਾਰਦਾਤਾਂ ਆ, ਜਿਹੜੀਆਂ ਹੋਰ ਸਾਡੇ ਮਸਲੇ ਆ, ਕਈ ਨਿੱਜੀ ਲੜਾਈਆਂ ਦੇ ਮਸਲੇ ਆ, ਪਿਛਲੇ ਲੰਮੇ ਸਮੇਂ ਤੋਂ 3-4 ਮਹੀਨੇ ਤੋਂ ਲਟਕ ਰਿਹਾ ਸੀ, ਉਹਨਾਂ ਨੇ ਵਿਸ਼ਵਾਸ ਦਵਾਇਆ ਵੀ 2 ਦਿਨ ਦੇ ਵਿੱਚ ਮੈਂ ਨਿਬੇੜ ਕੇ, ਜਿਹੜਾ ਕੋਈ ਰਹਿ ਜੂਗਾ ਮਸਲਾ ਉਹ ਮੈਂ ਤੁਹਾਡਾ ਮਸਲਾ 3-4 ਦਿਨ 'ਚ ਨਿਬੇੜ ਕੇ ਤੁਹਾਡੇ ਮਸਲੇ ਜਿਹੜੇ ਪਏ ਆ ਉਹ ਜਿਹੜੇ ਆ ਤੁਹਾਡੇ ਹੱਲ ਕਰ ਦਿੱਤੇ ਜਾਣ। ਚੌਂਕੀ ਇੰਚਾਰਜ ਬਦਲੀ ਹੋਈ, ਚੌਂਕੀ ਇੰਚਾਰਜ ਦੀ ਜਿਹੜੀ ਆ, ਉਹਨਾਂ ਨੇ ਸਾਨੂੰ SO ਸਾਹਿਬ ਨੇ ਦੱਸਿਆ ਵੀ ਪਰਸੋਂ ਮਤਲਬ ਸਸਪੈਂਡ ਹੋ ਕੇ ਜਿਹੜਾ ਉਹਨਾਂ ਜਿਹੜੀ ਬਦਲੀ ਆ ਉਹ ਹੋ ਗਈ। ਅਸੀਂ ਅੱਜ ਜਿਹੜਾ
ਪਾਰਟੀ ਦੀ ਤਹਿਸੀਲ ਕਮੇਟੀ ਨੇ ਫੈਸਲਾ ਕੀਤਾ ਸੀ ਵੀ ਜਿਹੜਾ ਇਹ ਹੈਗੀ ਆ ਕਾਨਾ ਢੇਸੀਆਂ ਚੌਂਕੀ ਆ, ਇਹਦਾ ਜਿਹੜਾ ASI ਇੱਥੇ ਦਾ ਇੰਚਾਰਜ ਸੀ ਗੁਰਸ਼ਰਨ ਸਿੰਘ, ਉਹ ਪਿਛਲੇ ਲੰਮੇ ਸਮੇਂ ਤੋਂ ਆਮ ਲੋਕਾਂ ਨੂੰ ਪਰੇਸ਼ਾਨ ਕਰ ਰਿਹਾ ਸੀ। ਕਰਪਸ਼ਨ ਦੇ ਬੜੇ ਮਸਲੇ ਸੀ, ਪਿੰਡਾਂ ਦੀਆਂ ਲੋਕਾਂ ਦੇ ਝਗੜੇ ਜਾਂ ਹੋਰ ਕੋਈ ਗੱਲਾਂ ਸੀਗੀਆਂ, ਉਹਨਾਂ ਦੀਆਂ ਦਰਖਾਸਤਾਂ ਪੈਂਡਿੰਗ ਪਈਆਂ ਸੀ। ਉਹਦੇ ਸੰਬੰਧ ਦੇ ਵਿੱਚ ਅਸੀਂ ਪਿਛਲੇ ਪਹਿਲਾਂ ਉੱਚ ਅਧਿਕਾਰੀਆਂ ਦੇ ਨੋਟਿਸ ਵੀ ਲਿਆਂਦਾ, ਪਰ ਉਹ ਸਾਨੂੰ ਤਾਂ ਅਸੀਂ ਦੇਖ ਕੇ ਹੈਰਾਨ ਸੀ ਵੀ ਉਹ ਬੰਦਾ ਜਿਹੜਾ ASI ਆਪਣੇ ਸੀਨੀਅਰ ਅਧਿਕਾਰਾਂ ਦੇ ਮਤਲਬ ਉਹਨਾਂ ਦੀ ਵੀ ਗੱਲ ਮੰਨਣ ਲਈ ਤਿਆਰ ਨਹੀਂ ਸੀ। ਅਸੀਂ ਅੱਜ ਤੋਂ ਹਫ਼ਤਾ ਪਹਿਲਾਂ ਪ੍ਰੈਸ ਦੇ ਵਿੱਚ ਬਿਆਨ ਦੇ ਕੇ ਇਸ ਚੌਂਕੀ ਦੇ ਖਿਲਾਫ਼ ਧਰਨਾ ਰੱਖਿਆ ਸੀ ਲੋਕਾਂ ਦੇ ਮੁੱਦਿਆਂ ਨੂੰ ਲੈ ਕੇ, ਉਹਦੇ ਤਹਿਤ ਅਸੀਂ ਅੱਜ ਧਰਨਾ ਦਿੱਤਾ ਅਤੇ SHO ਗ੍ਰਾਂ ਸਰਦਾਰ ਕੇਵਲ ਸਿੰਘ ਹੁਣੀ ਮੌਕੇ 'ਤੇ ਆਏ, ਉਹਨੇ ਸਾਨੂੰ ਭਰੋਸਾ ਦਵਾਇਆ ਵੀ ਜਿਹੜੀਆਂ ਦਰਖਾਸਤਾਂ ਪੈਂਡਿੰਗ ਪਈਆਂ ਉਹ ਅਸੀਂ ਦੋ ਤਿੰਨਾਂ ਦਿਨਾਂ ਦੇ ਵਿੱਚ ਉਹਨੂੰ ਹੱਲ ਕਰ ਦਿਆਂਗੇ ਅਤੇ ਜਿਹੜਾ ਆਉਣ ਵਾਲਾ ਕੋਈ ਇੱਥੇ ਕਿਉਂਕਿ ਉਹ ਅਧਿਕਾਰੀ ਜਿਹੜਾ ਆ ਉਹਦੀ ਬਦਲੀ ਹੋ ਚੁੱਕੀ ਆ, ਉਹਦੇ ਖਿਲਾਫ਼ ਇਹ ਧਰਨੇ ਦੀਆਂ ਵੀ ਹੋਰ ਵੀ ਸ਼ਿਕਾਇਤਾਂ ਪੈਂਡਿੰਗ ਪਈਆਂ ਸੀ, ਉਹਦੇ ਤਹਿਤ ਉਹਦੀ ਬਦਲੀ ਹੋ ਗਈ ਅਤੇ SHO ਸਾਹਿਬ ਨੇ ਇੱਥੇ ਲੋਕਾਂ ਦੇ ਕੱਟ ਚਾਣ ਕੇ ਭਰੋਸਾ ਦਵਾਇਆ ਵੀ ਜਿਹੜੀਆਂ ਪੈਂਡਿੰਗ ਦਰਖਾਸਤਾਂ ਸੀ ਇਹਨਾਂ ਦਿਨਾਂ 'ਚ ਦੋ ਤਿੰਨਾਂ ਦਿਨਾਂ 'ਚ ਮਸਲਾ ਹੱਲ ਕਰ ਦੇਵਾਂਗੇ ਅਤੇ ਜਿਹੜਾ ਆਉਣ ਵਾਲਾ ਇੱਥੇ ਆਫਿਸਰ ਲੱਗੂਗਾ ਉਹ ਲੋਕਾਂ ਦੇ ਮੂਹਰੇ ਬਕਾਇਦਾ ਤੌਰ 'ਤੇ ਜਵਾਬਦੇਹ ਹੋਏਗਾ। ਬਸ ਇਹਦੇ ਭਰੋਸੇ ਤੋਂ ਬਗੈਰ ਅਸੀਂ ਧਰਨਾ ਚੱਕਿਆ।